ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਦੇ ਵਾਸੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕੀਤਾ। ਵਜ੍ਹਾ ਹੈ ਪਿੰਡ ਦੇ ਵਿੱਚ ਹੋਇਆ ਦੋਹਰਾ ਕਤਲਕਾਂਡ। 10 ਜਨਵਰੀ ਦੀ ਰਾਤ ਨੂੰ ਪਿੰਡ ਦੇ ਦੋ ਬਜ਼ੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਾਨਸਾ ਦੇ SSP ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 31 ਮਈ ਤੱਕ ਦਾ ਸਮਾਂ ਦਿੱਤਾ ਸੀ ਤੇ ਕਿਹਾ ਸੀ ਕਿ ਜੇਕਰ ਕਾਤਲ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹਨਾਂ ਦੇ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ। ਕਾਤਲ ਗ੍ਰਿਫਤਾਰ ਨਹੀਂ ਹੋਏ ਤੇ ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵੋਟ ਨਹੀਂ ਪਾਈ। ਤਾਂ ਇਹੀ ਸੀਗਾ ਜੀ, ਜਿਹੜੇ ਸਾਡੇ ਪਿੰਡ ਦੇ ਵਿੱਚ ਕਾਤਲ ਹੋਏ ਆ, 5 ਮਹੀਨੇ ਹੋ ਗਏ ਕਾਤਲ ਹੋਇਆਂ ਨੂੰ, ਜਿਹੜਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ, ਇਸੇ ਕਰਕੇ ਬਾਈਕਾਟ ਕੀਤਾ ਵੋਟਾਂ ਦਾ। ਕੀ ਹੁਣ ਤੱਕ ਕਿੰਨੇ ਲੋਕ ਵੋਟ ਪਾਉਣ ਪਹੁੰਚੇ? ਦੇਖੋ ਜੀ, ਜਿਹੜਾ ਹੁਣ ਪਤਾ ਲੱਗਦਾ ਵੀ ਜਿਹੜੀਆਂ 60-65 ਵੋਟਾਂ ਪਈਆਂ ਨੇ, ਜਾਂ ਤਾਂ ਸਾਡੇ ਇਕੱਠ ਹੋਣ ਤੋਂ ਪਹਿਲਾਂ ਪੈ ਗਈਆਂ, ਜਾਂ ਕੋਈ ਵਿੰਗਟੇੜ ਨਾ ਉਰਾਂ ਪਰਾਂ ਦੀ ਪੈ ਗਈਆਂ, ਉਹ ਪੈ ਗਈਆਂ। ਉਸ ਤੋਂ ਬਾਅਦ ਜਦੋਂ ਦਾ ਸਾਡਾ ਅਸੀਂ ਰੋਸ ਪ੍ਰਗਟ ਕੀਤਾ ਇੱਥੇ ਇਕੱਠ ਹੋਇਆ, ਉਦੋਂ ਤੋਂ ਲਾ ਕੇ ਕੋਈ ਵੋਟ ਨਹੀਂ ਪਈ। ਕਦੋਂ ਤੱਕ ਇਹ ਬਾਈਕਾਟ? ਬਾਈਕਾਟ ਤਾਂ ਦੇਖੋ ਜੀ, ਜੇ ਸਾਡਾ ਇਦੋਂ ਪਹਿਲਾਂ ਸਾਨੂੰ ਇਨਸਾਫ ਮਿਲ ਜਾਂਦਾ, ਅਸੀਂ ਆਪ ਖੁਦ ਵੋਟ ਪਾ ਜਾਣੀ ਸੀਗੀ। ਹੁਣ ਸਾਡਾ ਬਾਈਕਾਟ ਹੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਸਾਨੂੰ ਕੋਈ ਭਰੋਸਾ ਨਹੀਂ ਦਵਾਇਆ ਜਾਂਦਾ। ਭਰੋਸਾ ਦਵਾਉਂਦੇ ਵੀ ਅਸੀਂ ਉਸ ਭਰੋਸੇ 'ਤੇ ਯਕੀਨ ਨਹੀਂ ਕਰਦੇ, ਕਿਉਂਕਿ ਸਾਨੂੰ ਬਹੁਤ ਪਹਿਲਾਂ ਵਾਲੇ ਵਾਰੀ ਭਰੋਸਾ ਦਵਾਇਆ ਸੀਗਾ। ਇਸ ਕਰਕੇ ਅਸੀਂ ਪ੍ਰਸ਼ਾਸਨ 'ਤੇ ਆਪਣਾ SSP 'ਤੇ ਜਿੰਨੇ ਵੀ ਇੱਥੇ ਮੁਲਾਜ਼ਮ ਆਉਂਦੇ ਨੇ, ਅਫਸਰ ਆਉਂਦੇ ਨੇ, ਉਹਨਾਂ 'ਤੇ ਅਸੀਂ ਹੁਣ ਭਰੋਸਾ ਨਹੀਂ ਕਰਦੇ। 10 ਜਨਵਰੀ ਨੂੰ ਕਤਲ ਹੋਇਆ, ਜੰਗੀਰ ਸਿੰਘ ਧੀ ਉਹਦਾ ਨਾਮ ਜੀ, ਅਤੇ ਰਣਜੀਤ ਕੌਰ। 10 ਜਨਵਰੀ ਨੂੰ ਕਤਲ ਹੋਏ ਨੇ ਇਹ, ਅੱਜ ਤੱਕ ਸਾਨੂੰ ਹਜੇ ਕੋਈ ਇਨਸਾਫ ਨਹੀਂ ਇਹਦਾ ਮਿਲਿਆ। ਅਸੀਂ ਇਹਦੇ ਕਾਰਨ ਵੋਟਾਂ ਦਾ ਤਾਂ ਹੀ ਮਸਲਾ ਹੱਲ ਕਰਿਆ ਵੀ ਆਪਣੇ ਪਿੰਡ ਦਾ ਸਾਰੇ ਦਾ ਬਾਈਕਾਟ ਹੈ, ਵੀ ਸਾਡੀ ਇਹ ਖਬਰ ਸਾਰੀ ਇੰਡੀਆ 'ਚ ਪਹੁੰਚ ਜੇ ਤਾਂ ਕਿ ਸਾਡਾ ਮਸਲਾ ਹੱਲ ਛੇਤੀ ਤੋਂ ਛੇਤੀ ਹੋ ਜੇ। ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਹਾਂ ਵੀ ਸਾਡਾ ਮਸਲਾ ਛੇਤੀ ਹੱਲ ਕਰੇ। ਕਿਉਂ ਨਹੀਂ ਕਰਦੇ? ਕਿੱਥੇ ਸੁੱਤੇ ਪਏ ਨੇ? ਬਹੁਤ ਭਲੀ ਮਾਨਸ ਸਰਕਾਰ ਕਹਿੰਦੇ ਸੀਗੇ, ਪਰ ਹਜੇ ਤੱਕ ਸਾਨੂੰ ਕੋਈ ਅਮਨ ਕਾਨੂੰਨ ਹੀ ਨਹੀਂ ਮਿਲਿਆ। ਹੁਣ ਤੱਕ ਇਹਨੇ 4-5 ਮਹੀਨਿਆਂ ਦੇ ਵਿੱਚ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂ ਨਹੀਂ? 1-2 ਬੰਦੇ ਚੱਕੇ ਆ ਜੀ ਪਹਿਲਾਂ, ਅਤੇ ਉਹਨਾਂ ਦੀ ਟਰੇਸ ਕਰੀ, ਉਹਨਾਂ 'ਚੋਂ ਕੁਛ ਨਹੀਂ ਨਿਕਲਿਆ, ਅਤੇ ਫਿਰ ਵਾਰ-ਵਾਰ ਚੱਕੇ, ਫਿਰ ਕੋਈ ਨਹੀਂ ਮਿਲਿਆ। ਹੁਣ ਫਿਰ ਕਹਿੰਦੇ ਨੇ ਵੀ 2 ਬੰਦੇ ਹੋਰ ਚੱਕੇ ਹੋਏ ਆ, ਪਰ ਉਹਨਾਂ ਦਾ ਵੀ ਸਾਡੇ ਕੋਲ ਹਜੇ ਕੋਈ ਸਬੂਤ ਹੀ ਨਹੀਂ ਹੈਗਾ ਵੀ ਉਹਨਾਂ ਦਾ ਬਣਿਆ ਕਿ ਨਾ ਬਣਿਆ ਕੁਛ। ਪਰਿਵਾਰ ਸੇਧ ਦੇ ਰਿਹਾ ਹੈ, ਪਰਿਵਾਰ ਦੀ ਸਿਹਤ 'ਤੇ ਵੀ ਨਹੀਂ ਇਹ ਇਨਸਾਫ ਮਿਲ ਰਿਹਾ, ਫਿਰ ਕਰਾਂਗੇ ਵੀ ਕੀ? ਪਿੰਡ 'ਚ ਜੀ 2 ਕਤਲ ਹੋਏ ਸੀਗੇ ਪਹਿਲੇ ਮਹੀਨੇ 10 ਤਰੀਕ ਨੂੰ, ਉਹਨਾਂ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ। ਉਸ ਤੋਂ ਬਾਅਦ 2-3 ਦਿਨ ਪਹਿਲਾਂ ਸਾਡੇ ਪਿੰਡ ਦਾ ਇੱਕ ਵੀ ਹੋਰ ਨੌਜਵਾਨ ਹੈ, ਉਹਦਾ ਕਤਲ ਹੋ ਗਿਆ। ਸਰਕਾਰ ਸਾਨੂੰ ਸੁਰੱਖਿਆ ਦੇਣ 'ਚ ਫੇਲ ਹੈ, ਇਸ ਵਾਸਤੇ ਅਸੀਂ ਇਹਦਾ ਵਿਸ਼ਵਾਸ ਨਹੀਂ ਕੀਤਾ ਹੈਗਾ, ਇਸ ਵਾਸਤੇ ਅਸੀਂ ਬਾਈਕਾਟ ਕੀਤਾ ਵੋਟਾਂ ਦਾ। ਕਿੰਨੇ ਸਮੇਂ ਲਈ ਬਾਈਕਾਟ ਕਰ ਦਿੱਤਾ ਗਿਆ? ਬਾਈਕਾਟ ਅਥਣ ਸ਼ਾਮ ਤੱਕ 6 ਵਜੇ ਤੱਕ ਬਾਈਕਾਟ ਰੱਖਿਆ। ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਦਿੱਤਾ? ਪ੍ਰਸ਼ਾਸਨ ਭਰੋਸਾ ਬਥੇਰੇ ਦਵਾਏ ਹੈ, ਪਰ ਭਰੋਸਾ ਉਹ ਸਿਰੇ ਨਹੀਂ ਚੜਿਆ। 2-3 ਵਾਰੀ ਭਰੋਸਾ ਦਵਾਇਆ, ਕਦੇ ਕਹਿ ਦਿੰਦੇ 70% ਕੇਸ ਜਿਹੜਾ ਅਸੀਂ ਕੱਢ ਲਿਆ, ਫਿਰ 0 ਹੋ ਜਾਂਦਾ, ਕਹਿ ਦਿੰਦੇ ਵੀ ਹਜੇ ਸਾਡੇ ਹੱਥ ਪੱਲੇ ਕੁਛ ਨਹੀਂ ਹੈਗਾ, ਫਿਰ ਅਸੀਂ ਉਹ ਵਿਸ਼ਵਾਸ ਕਿਵੇਂ ਮੰਨ ਲਈਏ ਜੀ? ਕਿੰਨੇ ਟਾਈਮ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹੋ, ਕਿਉਂ ਨਹੀਂ ਜਿਹੜਾ ਇਨਸਾਫ ਮਿਲ ਰਿਹਾ? 4ਥੇ ਮਹੀਨੇ ਦੀ 16 ਤਰੀਕ ਤੋਂ ਲਗਾਤਾਰ, 3ਜੇ ਮਹੀਨੇ ਦੀ 17 ਤਰੀਕ ਨੂੰ 1 ਦਿਨ ਦਾ ਰੱਖਿਆ ਸੀਗਾ ਅਸੀਂ ਥਾਣੇ ਦੇ ਗੇਟ ਅੱਗੇ ਧਰਨਾ, ਅਤੇ ਜਿਹੜਾ 4ਥੇ ਮਹੀਨੇ ਦੀ 16 ਤਰੀਕ ਤੋਂ ਅੱਜ ਤੱਕ ਸਾਡਾ ਜਿਹੜਾ ਧਰਨਾ ਉਹ ਥਾਣੇ ਦੇ ਬਾਹਰ 'ਚ ਚੱਲ ਰਿਹਾ ਹੈਗਾ। ਅੱਜ ਵੀ ਚੱਲ ਰਿਹਾ। ਹੁਣ ਕੀ ਕਹਿੰਦੇ ਨੇ ਅਧਿਕਾਰੀ? ਅਧਿਕਾਰੀ ਹੁਣ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ FIR ਦੀ ਕਾਪੀ ਦੇ ਦਿੰਦੇ ਹਾਂਗੇ। ਅਸੀਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਕੇਸ ਟਰੇਸ ਕਰਕੇ ਸਾਰੇ ਹਥਿਆਰ ਬਰਾਮਦ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਦਿਉ, ਉਦੋਂ ਬਾਅਦ ਮੈਂ ਅਸੀਂ ਆਪਦਾ ਧਰਨਾ ਚੱਕ ਲਾਂਗੇ ਵੀ ਸਾਨੂੰ ਇਨਸਾਫ ਮਿਲ ਗਿਆ। ਆਹ ਕਹਾਣੀ ਹੈ।
ਸਰਕਾਰ ਮਰਦਾਵਾਦ।